36,000 मुलाजम पक्के करते, घर घर नौकरी देती, स्मार्टफोन देते, बिजली के बिल माफ करते। जे किसी नूं होए आले मैनूं दस्सो वी। मैं ये नहीं आंदा वी किसी नूं वोट पाओ जां ना पाओ, अपनी जिहड़े चक्षु आ दिमाग दे खोल के रखियो जिहनूं आपां सरकार नूं चुणना है। गां हुण साडी हाथ जोड़ के बेनती आ वी जे कोई सरकार चुणनी है ते ओह चुणियो जिहड़े कोई ताडी गल सुण। ये ना होए वी ताडी धीआं भैण ते डांगा मारन। पंजाब विधानसभा चोणां च कुछ ही दिन बाकी बचे ने। सियासी पार्टियां अड्डी चोटी दा जोर लगा के प्रचार कर रही ने, पर इस दौरान उन्हां नूं लोकां दे तिखे विरोध दा सामना भी करना पै रहा। लोकां मुताबिक सरकार दीआं नाकामियां कारण हर वर्ग दे लोक सड़कां ते रुलण लई मजबूर हो रहे ने। उन्हां वल्लों अपणियां मंगां पूरियां करवाउण लई सरकार खिलाफ लंबे समें तों धरने प्रदर्शन भी कीते जा रहे ने। इस दे विचकार हुण इक वीडियो सोशल मीडिया ते तेजी दे नाल वायरल हो रही है, जिस विच अपने आप नूं पंजाब प्रधान कहण वाले एक सरदार वल्लों सरकारी बस च सरकार दीआं पुल्लां खोलियां जा रहीआं ने अते लोकां नूं सोच समझ के वोटां पाउण दी नसीहत भी दित्ती जा रही है। मैं प्रधान हां पंजाब दा, बेनती इहनां वी जिहड़ी अपनी कार्यकारी सरकार चलण लई इहनां कांग्रेस सरकार जिन्हां ने बैनर लाए ने कि औरतां फ्री करतीआं बसां दे विच, इह जिहड़ीआं बसां ने इह कुझ दिन चलणीआं ने। ਬੱਸਾਂ ਚ ਤੇਲ ਪਾਉਣ ਨੂੰ ਤੇਲ ਹੈ ਨੀ ਡਿਪੂਆਂ ਦੇ ਵਿਚ। ਆ ਜਨਾਨੀਆਂ ਵੇਖੋ ਬਾਹਰ ਕਿੰਨੀਆਂ ਖੜੀਆਂ ਨੇ, ਉਹ ਗਾਲਾਂ ਡੀਆਂ ਨੇ ਸਾਨੂੰ ਕੱਢਣ, ਕਿਉਂਕਿ ਬੱਸਾਂ ਹੈ ਨੀ। ਜੇ ਬੱਸਾਂ ਹੈਗੀਆਂ ਤੇ ਬੱਸਾਂ ਦੇ ਵਿਚ ਤੇਲ ਪਾਉਣ ਨੂੰ ਪੈਸੇ ਨੇ। ਸਰਕਾਰ ਦਾ ਜਿਹੜਾ ਜਲੂਸ ਨਿਕਲਿਆ ਪਿਆ 3 ਮਹੀਨੇ ਸਰਕਾਰ ਜਿਹੜੀ ਆ ਮਗਰੋਂ ਜਿਹੜੇ ਜੱਪੀਆਂ ਪਾਈਆਂ ਲੋਕਾਂ ਨੂੰ, 36,000 ਮੁਲਾਜ਼ਮ ਪੱਕੇ ਕਰਤੇ, ਘਰ ਘਰ ਨੌਕਰੀ ਦੇਤੀ, ਸਮਾਰਟਫੋਨ ਦੇਤੇ, ਬਿਜਲੀ ਦੇ ਬਿੱਲ ਮਾਫ ਕਰਤੇ। ਜੇ ਕਿਸੇ ਨੂੰ ਹੋਏ ਆਰੇ ਮੈਨੂੰ ਦੱਸ ਦਿਓ, ਜੇ ਕਿਸੇ ਨੂੰ ਸਮਾਰਟਫੋਨ ਮਿਲਿਆ ਤਾਂ ਦੱਸ ਦਿਓ, ਠੀਕ ਹੈ ਜੀ। ਰੌਲਾ ਇਹ ਆ ਵੀ ਪੰਜਾਬ ਦਾ ਦੁਬਾਰਾ ਕੱਢਤਾ ਕਾਂਗਰਸ ਸਰਕਾਰ ਨੇ। ਅਸੀਂ ਪ੍ਰਜੋਰ ਅਪੀਲ ਕਰਦੇ ਆ ਜਨਤਾ ਨੂੰ, ਮਕਾਨ ਦੇ ਉੱਤੇ ਸਵਾਹ ਦੇ ਦਿੱਤੀ, ਬਿਲਕੁਲ ਬਿਲਕੁਲ 5-5 ਮਰਲੇ ਦੇ ਪਲਾਟ ਕਹਿੰਦੇ ਦੇ ਦਿਓ। ਅਸੀਂ ਸਰਵੇ ਆਨੇ ਆ ਵੀ ਮੈਂ ਇਹ ਨੀ ਆਂਦਾ ਵੀ ਕਿਸੇ ਨੂੰ ਵੋਟ ਪਾਓ ਜਾਂ ਨਾ ਪਾਓ, ਆਪਣੀ ਜਿਹੜੇ ਚਕਸ਼ੂ ਆ ਦਿਮਾਗ ਦੇ ਖੋਲ ਕੇ ਰੱਖਿਓ ਜਿਹਨੂੰ ਆਪਾਂ ਸਰਕਾਰ ਨੂੰ ਚੁਣਨਾ ਹੈ। ਉਹ ਤੁਹਾਡੇ ਜਿਹੜੇ ਹੁਣ ਤੁਸੀਂ ਦੇਖ ਲਓ ਵੀ ਟੋਟਲ ਪ੍ਰਾਈਵੇਟ ਸਕੂਲ ਹੋ ਗਏ ਨੇ, ਸਰਕਾਰੀ ਸਕੂਲ ਜਿਹੜੇ ਬੰਦ ਹੋ ਗਏ ਨੇ ਤਕਰੀਬਨ ਪਿੰਡਾਂ 'ਚ, ਮੇਰੇ ਪਿੰਡ ਵੀ ਬੰਦ ਹੋ ਗਿਆ। ਮਾਸਟਰ ਜਿਹੜੇ ਨੇ ਉਹ ਧੱਕੇ ਖਾਣ ਦੇ ਸੜਕਾਂ ਦੇ ਬੈਠੇ ਨੇ, ਨਰਸਾਂ ਜਿਹੜੀਆਂ ਸੜਕਾਂ ਦੇ ਬੈਠੀਆਂ, ਸਰਕਾਰੀ ਹਸਪਤਾਲ ਦੇ ਵਿੱਚ ਸਿਹਤ ਸਹੂਲਤ ਕੋਈ ਨਹੀਂ। ਇਹ ਆਉਂਦੇ ਆ ਜੀ ਦਵਾਈਆਂ ਫ੍ਰੀ ਆ, ਕਿਸੇ ਨਹੀਂ ਪੈਰਾਸੀਟਾਮੋਲ ਦੀ ਗੋਲੀ ਦਿੰਦੇ ਆ ਸਿਰਫ, ਜੇ ਕੋਈ ਦਿੰਦੇ ਆ ਤੇ ਜਾਂ ਦਰਦ ਵਾਲੀ, ਹੋਰ ਕੋਈ ਦਵਾਈ ਫ੍ਰੀ ਨਹੀਂ ਮਿਲਦੀ। ਆਹ ਬੱਸਾਂ ਦਾ ਸਫ਼ਰ ਸਹੂਲਤ ਜੇ ਚੱਲਣ ਡਿਆ ਤੇ ਇਹ ਵੀ ਪਤਾ ਕੋਈ ਨੀ ਵੀ ਕਿੱਦਣ ਬੰਦ ਹੋ ਜਾਏ। ਨੌਕਰੀ ਕਿਸੇ ਦੇ ਕਿਸੇ ਜਵਾਕ ਨੂੰ ਮਿਲਦੀ ਹੈ ਤਾਂ ਦਾ ਗਾਂ। ਹੁਣ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਕੋਈ ਸਰਕਾਰ ਚੁਣਨੀ ਆ ਤੇ ਉਹ ਚੁਣਿਓ ਜਿਹੜੇ ਕੋਈ ਤੁਹਾਡੀ ਗੱਲ ਸੁਣਨ। ਇਹ ਨਾ ਹੋਏ ਵੀ ਤੁਹਾਡੀ ਧੀਆਂ ਭੈਣ ਦੇ ਡਾਂਗਾ ਮਾਰਨ, ਚੁਣੀਆਂ ਲਾਉਣ। ਪਟਿਆਲੇ ਮਰਿੰਡੇ ਸਾਰੇ ਕਿਤੇ ਜਾ ਕੇ ਦੇਖ ਲਿਆ ਸੜਕਾਂ ਦੇ ਜਾਮ, ਤੁਸੀਂ ਹੁਣ ਜਾਣਾ ਪਤਾ ਕੋਈ ਨੀ ਕਿੱਥੇ ਜਾਮ ਲੱਗਦਾ। ਸਹੀ ਗੱਲ ਤੇ ਮੇਰੀ ਬੇਨਤੀ ਆ ਸਾਰਿਆਂ ਨੂੰ ਵੀ ਸਰਕਾਰ ਜਿਹੜੀ ਚੁਣਨੀ ਆ ਉਹ ਚੁਣਿਓ ਜਿਹੜੀ ਤੁਹਾਡੀ ਕੋਈ ਗੱਲ ਸੁਣੇ। ਧੰਨਵਾਦ ਜੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਰਦਾਰ ਵੱਲੋਂ ਕਿਹਾ ਜਾ ਰਿਹਾ ਕਿ ਜੇਕਰ ਸਰਕਾਰੀ ਬੱਸਾਂ ਨੇ ਤਾਂ ਉਹਨਾਂ 'ਚ ਤੇਲ ਪਵਾਉਣ ਨੂੰ ਸਰਕਾਰ ਕੋਲ ਕੋਈ ਪੈਸਾ ਨਹੀਂ ਹੈ ਅਤੇ ਬੀਬੀਆਂ ਬੱਸਾਂ ਦੇ ਕੰਡਕਟਰ ਡਰਾਈਵਰਾਂ ਨੂੰ ਗਾਲਾਂ ਕੱਢਦੀਆਂ ਸੁਣੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਸਰਦਾਰ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਸਰਕਾਰ ਦਾ ਜਲੂਸ ਨਿਕਲਿਆ ਪਿਆ, ਪਰ ਉਂਝ ਸਰਕਾਰ ਵੱਲੋਂ ਲੋਕਾਂ ਲਈ ਕਈ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ। ਇਸ ਵੀਡੀਓ ਦੌਰਾਨ ਸਵਾਰੀਆਂ ਵੀ ਉਸ ਵਿਅਕਤੀ ਦੀ ਗੱਲ ਨਾਲ ਸਹਿਮਤੀ ਜਤਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਦੱਸ ਦਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਆਪੋ ਆਪਣੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।